इस वीडियो विच शरेआम देख सकते हो नाली चोरी नाली सीना जोरी गुंडागर्दी दा हो रहा नंगा नाच गुंडागर्दी दियां घटनावां वधदियां जा रही हैं दिन पर दिन। गुरदासपुर विच इक ढाबे ते रोटी खाण आए दो नौजवानों ने रोटी दे 120 रुपयां नूं लै के ढाबा मालक नाल गाली गलोच अते हथों पाई शुरू कर दिती। झगड़े तो कुछ देर बाद ओह अपने साथियों समेत हथियारां नाल लैस होके ढाबा मालक उत्ते हमला करन लई आ गए अते ढाबे विच भनतोड़ भी कीती। इस दौरान ढाबा मालक अते कर्मचारियों ने किसी तरह उत्थों भज के अपनी जान बचा ली, पर इस वारदात की पूरी घटना ढाबे अंदर लगे सीसीटीवी कैमरे च कैद हो गई। इस मामले पुलिस वालों अजे तक जांच जारी है। ढाबा मालक संदीप अते उसके भरा प्रदीप वालिया ने किस तरह ओह गुंडिया तो अपनी जान बचाई, आओ सुनते हैं। साडा भाजी बस स्टैंड लागे वालिया ढाबा हैगा, इत्थे अपना काम कर हाते दा यार, ढाबे दा नाल काम हैगा रोटी पानी का। तो झगड़ा सर छोटी जी गल तो है, बैठे थे ही दो बंदे, एक ना लाडा बंदा था दूजे का पता नहीं है। तो 120 रुपये बिल बनया से सारा, तो बिच कोई 30-40 रुपये देंदे थे, बाकी बैस दे कि अं नहीं देने के पैसे। तो बाद चो गाला गुला कढ़ लग पे सानू, तो बाद चो साढ़े ना हाथों पाई हो गए। हाथों पाई होंगे उन्होंने डेके दे नाल सट लग गई, उन्होंने शरीर भारा थोड़ा ना, तो उन्होंने मत्थे ते शायद सट लग गई है। तो उस तो बाद चो ये चल गए, तो इन्होंने कोई 10-12 मुंडे सद ले है। तो बाद चो इन्होंने वेख लो तुहाडे सामने तां भन तोड़ किन्नी कर गए ने। गल कुछ नहीं, एक लाडा नाँ का व्यक्ति आ घादिया रहिंदा, हुण इत्थे आ गया, बड़ी देर दा आंदा रहा, हुण अज 2-3 साल बाद आया। 120 रुपये बिल सी सारा, ਅਸੀਂ ਉਹਨੂੰ ਕਹਿੰਦਾ ਮੈਂ ਨਹੀਂ ਦੇਣੇ, ਕਿਹਾ ਨਾ ਦੇ। ਉੱਥੋਂ ਉਹਨੇ ਗਾਲੀ ਗਲੋਚ ਸ਼ੁਰੂ ਕਰਤੀ, ਸਾਡੇ ਬੰਦਿਆਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਛੋਟੇ ਭਰਾ ਇਹਨੂੰ ਸੱਟਾ ਲਾ ਗਈ, ਇਹਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਚੱਲ ਤੂੰ ਬਾਹਰ ਨਿਕਲ। ਉਹ ਜਦੋਂ ਉਹਨੇ ਇਹਨੂੰ ਬਾਹਰ ਕੱਢਿਆ, ਉਹਦੇ ਡਿੱਗਿਆ, ਉਹਦੇ ਸੱਟ ਲੱਗ ਗਈ। ਉਹਨੀ ਦਿਨ ਉਹਨੇ ਮੁੰਡੇ ਬੁਲਾਏ ਫੋਨ ਕਰਕੇ, ਭਾਜੀ ਮੁੰਡੇ 4-5 ਮੁੰਡੇ ਆਏ, ਵੀਡੀਓ ਆਏ ਸਾਰੇ, ਤੁਸੀਂ ਵੇਖ ਸਕਦੇ ਹੋ। ਡਾਕਟਰ ਕਿਰਪਾਨ ਉਹਨਾਂ ਕੋਲ ਆਉਂਦੇ, ਉਹਨੇ ਪਹਿਲੇ ਮੁੰਡੇ ਦੇ ਸੱਟਾਂ ਲਾਈਆਂ, ਫਿਰ ਭੰਨ ਤੋੜ ਕੀਤੀ, ਫਿਰ ਉਹਨੇ ਕੈਮਰਾ ਲਾਇਆ, LED ਤੋੜੀ, ਅਤੇ ਉਹ ਕਰਕੇ ਸਾਰਾ ਨੁਕਸਾਨ ਕਰਕੇ ਭਾਜੀ ਉਹ। ਇਸ ਤੋਂ ਇਲਾਵਾ ਪੁਲਿਸ ਨੇ ਕਿੱਥੇ ਤੱਕ ਕਾਰਵਾਈ ਕੀਤੀ ਹੈ, ਆਓ ਦੇਖਦੇ ਹਾਂ। ਮੌਕੇ 'ਤੇ ਜਾ ਕੇ ਮੈਂ ਵੇਖ ਕੇ ਆਇਆ, ਉੱਥੇ ਜਿਹੜੀ ਟੁੱਟ ਭੱਜ ਹੋਈ ਹੈ, ਅਤੇ ਉਸ ਸੰਬੰਧੀ ਜੋ ਵੀ ਤੱਥ ਸਾਹਮਣੇ ਆਉਣਗੇ, ਜੋ ਵੀ ਕੁਛ ਹੋਏਗਾ, ਉਹ ਸਾਨੂੰ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਘਟਨਾ ਕੀ ਹੋਈ ਹੈ ਸਰ ਉੱਥੇ? ਘਟਨਾ ਜੀ ਦੱਸਿਆ ਇਹਨਾਂ ਨੇ ਵੀ ਇੱਥੇ ਮੁੰਡੇ ਆਏ ਨੇ ਖਾਣ ਪੀਣ ਵਾਸਤੇ, ਉਹਦੇ ਨਾਲ ਸੰਬੰਧੀ ਝਗੜਾ ਆਇਆ ਉਹਨਾਂ ਦਾ, ਉਹ ਉਸ ਤੋਂ ਬਾਅਦ ਪੈਸੇ ਤੋਂ ਲੈਣ ਦੇਣ ਤੋਂ ਉਹਨਾਂ ਦਾ ਝਗੜਾ ਆਇਆ, ਉੱਥੇ ਮੁੜ ਕੇ ਉਹਨਾਂ ਦਾ ਤੋੜ ਭੰਨ ਕਰਤੀ। ਕਿੰਨੇ ਮੁੰਡੇ ਆ ਗਏ? ਨਹੀਂ ਮੈਨੂੰ ਇਸ ਬਾਰੇ ਕੋਈ ਬਿਆਨ ਨਹੀਂ ਹੈ। ਸੀਸੀਟੀਵੀ ਸਾਹਮਣੇ ਆਈ ਹੈ? ਮੇਰੇ ਕੋਲ ਕੁਛ ਨਹੀਂ ਕੀਤਾ ਜਿਹਨਾਂ ਨੇ ਤਾਂ ਸੀਸੀਟੀਵੀ ਲਈ ਵੀ ਜਾਵੇ? ਨਹੀਂ। ਕੀ ਸਾਹਮਣੇ ਆਇਆ ਹੁਣ ਤੱਕ, ਕੀ ਸਾਹਮਣੇ ਆਇਆ ਤਾਂ ਜਿਹੜੇ ਕੋਈ ਦੱਸ, ਜਿਹੜੇ ਸਾਹਮਣੇ ਆਉਣਗੇ ਤੱਕ ਮੇਰੇ ਕੋਈ ਨਹੀਂ, ਉਹਨਾਂ ਨੇ ਤੱਥ ਨਹੀਂ ਦਿੱਤੇ ਕੋਈ ਆਏ ਸਾਹਮਣੇ ਆਏ, ਜਦੋਂ ਵੀ ਆਉਣਗੇ ਤਾਂ ਆਪਾਂ ਸਟੇਟਮੈਂਟ ਦੇਣਗੇ, ਤਾਂ ਆਪਾਂ ਬੰਦੀ ਕਾਰਵਾਈ ਕਰਦੇ। ਕੋਈ ਜ਼ਖਮੀ ਹੋਇਆ ਇਹਦੇ ਵਿੱਚ? ਨਹੀਂ ਮੈਨੂੰ ਇਹ ਬਾਰੇ ਨਹੀਂ ਪਤਾ। ਤੁਹਾਡੇ ਕੋਲ ਬੰਦੇ ਆਏ ਨੇ ਇੱਧਰ ਦਿਖਾ ਦੇਣ ਵਾਸਤੇ? ਨਹੀਂ ਮੇਰੇ ਕੋਈ ਨਹੀਂ, ਕੋਈ ਪਹੁੰਚਿਆ ਜੀ ਮੇਰੇ ਕੋਲ ਵੇਖ ਆਇਆ। ਗੁਰਦਾਸਪੁਰ ਤੋਂ ਜਸਵਿੰਦਰ ਸਿੰਘ ਦੀ ਰਿਪੋਰਟ।